ਮਾਂ ਜੀ ਕਿੱਧਰ ਜਾ ਰਹੇ ਨੇ? ਉੱਠੋ ਉੱਠੋ ਉੱਠੋ। राशन लैन आ रहे ने। ओ ए मां सबके जावा तेरे तो। मेरी मां राशन लैन आ रही है। कित्थों आए तुसी? दुकान उस दौर की गल आ जो मैं बच्चा सा उस दौर अपनी दुकान होंगी सी वक्त गुजरने पता नहीं लगता वक्त बदलने पता नहीं लगता मां जी तुम मां जी हो हाँ जी तो कुर्सी लाओ कोई जल्दी करो एक मिनट ठहरो मां जी ठहर जाओ जल्दी करो जल्दी करो लिया बैठाओ मां जी बैठाओ बैठो मां जी बैठो बैठो चलो जी ਅਸੀਂ ਤੁਹਾਡੇ ਕੋਲ ਬੈਨੇ ਮਾਂ ਜੀ ਤੁਹਾਡਾ ਭਲਾ ਹੈ ਹਾਏ ਹਾਏ ਅੱਲਾ ਤੁਹਾਨੂੰ ਤੰਦਰੁਸਤੀ ਦੇਵੇ ਮਾਂ ਜੀ ਮੈਨੂੰ ਯਾਦ ਆ ਗਿਆ ਹੈ ਮੇਰੇ ਵਕਤ ਤੁਹਾਡਾ ਮੀਆਂ ਬੜਾ ਕੱਬਾ ਹੁੰਦਾ ਸੀ ਯਾ ਸਖਤ ਹੁੰਦਾ ਸੀ ਹੈ ਸਖਤ ਬੜਾ ਐਵੇਂ ਲੜ ਬੰਦਾ ਸੀ ਇਦਾਂ ਹੀ ਨਾ ਉਹ ਚੰਗਾ ਸੀ ਘਰ ਵਿੱਚ ਹਾਂ ਉਹ ਤੇਰਾ ਬੋਲ ਪੈਂਦਾ ਹੁੰਦਾ ਸੀ ਬੋਲ ਪੈਂਦਾ ਸੀ ਬੋਲਾ ਵੀ ਸੀਗਾ ਬੜਾ ਬੋਲਦਾ ਸੀ ਉਹੀ ਹੈ ਨਾ ਹਾਂ ਜੀ ਹੈ ਨਾ ਉੱਚੀ ਸੁਣਦਾ ਸੀਗਾ ਹੂੰ ਉੱਚੀ ਸੁਣਦਾ ਸੀ उम्र उम्र किन्नी है उम्र तां पता ही हण मेनू की पता मां प्यो नु पता होवे ए मां प्यो नु पता होवे हां मां बिल्कुल मां प्यो नु बड़े सीधे लोग होंदे ने के जो 80 90 साल दे उम्र दे लोग ने उन्हां नु अपनी उम्र दा नहीं इन्नी के है इन्नी के है हां देखो ना मां जी ते रोटी रोटी कौन पकांदा हां जी सारा ही रोटी रोटी कौन पकांदा क्या हां रोटी मंदे मंदे पका लेंगे कदे रोटी तंदूर तो ले आंदे मेरे को नहीं हुंदा कुछ भी अच्छा 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 कुछ नहीं करदे अच्छा अच्छा मंदे रे ये हो जाईया अच्छा ते तानू किवें पता सी कि इथे राशन दे रहे हां सी बस इतना पता लग ही गया पता लग गया नबीला पैणा से राशन लेके आओ नासे ले आओ मेरी पैणा नासे राशन अरे खो इथे आटा भी ले आओ ना वास्ते भगत दिया गल्ला कदी आप देईदा सी हां यही मैं सुनना चाहता सा आप देईदा सी आप मेरी याद में था जो नहीं 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 मां जी तुसी मताज नहीं आज तो बाद तुसी को किसे को मंगन वास्ते नहीं जाना पड़ा तोडे वास्ते स्पेशल आटा ए राशन ए मुकम्मल तौर पे है ठीक है हर महीने आया लिख लो तुसी नाम लिख लो नाम लिखने की जरूरत नहीं हां जी नाम लिखने की जरूरत नहीं मेरी मां तानो और की जरूरत है तोड़ी ये दसो मां हो पूरे शहर की मां हो शहर च रहन वाले सारी उम्र इस मौके पर मैं गल कहांगा कि अल्लाह के नबी का फरमान याद रखो अगर तुहाड़ी मां मर गई है ना तो अपनी मां की किसी सहेली नाल अच्छा सलूक करके वेख लो उसकी खिदमत करके वेख लो अगर सहेली नहीं लभदी तो महल्ले की औरत वेख लो जिहड़ी मां ने जिन्हें तुहाड़ी मां नूं वेख्या होवे ये क्यों गल्लां आखियां गईयां अपनी मां की भैण नूं वेख लो क्यों आखियां गईयां मां की कदर की गई तो मां मर जाए तो मुड़ के लभदी नहीं कदर उन्हां नूं पता नहीं पता चलो अपने नहीं कर दिया देखो धी ने कदर की है ना
ਬੜੀ ਕੀਤੀ ਅੱਲਾ ਤੰਦਰੁਸਤੀ ਦੇਵੇ ਅੱਲਾ ਤੁਹਾਨੂੰ ਬਹੁਤਾ ਦੇਵੇ ਮਾਂ ਜੀ ਅਗਰ ਆਪਣੀ ਨੀ ਨਾ ਕਰਦੇ ਤੇ ਦੁਨੀਆਂ ਦੇ ਬੇਸ਼ੁਮਾਰ ਪੁੱਤਰ ਨੇ ਜਿਹੜੇ ਮਾਮਾ ਦੀ ਕਦਰ ਕਰਦੇ ਨੇ ਮਾਮਾ ਦੀ ਇੱਜ਼ਤ ਕਰਦੇ ਨੇ ਔਰ ਉਹਨਾਂ ਨੂੰ ਪਤਾ ਸੀ ਮਾਂ ਮਾਂ ਦੀ ਖਿਦਮਤ ਕਿਵੇਂ ਕਰਨੀ ਹੈ ਲੋਕਾਂ ਨੂੰ ਵੀ ਤਾਂ ਕਰ ਕਰ ਬੱਚੇ ਪਾਲੇ ਮੈਂ ਹਾਂਜੀ ਮੈਂ ਮੈਂ 25 ਸਾਲ ਕੰਮ ਕੀਤਾ ਸ਼ੇਖਾਂ ਦੇ ਘਰ ਹਾਂ ਹਾਂ ਮੈਂ ਜਵਾਦਾ ਮਾਇਰ ਹੁੰਦੀ ਸੀ ਆਪ ਮੰਜੀ ਦੇ ਪੈ ਗਿਆ ਕੈਂਸਰ ਬਣ ਗਿਆ ਰੋਗ ਨੂੰ ਆਪ ਕੰਮ ਘਰ ਘਰ ਬੱਚੇ ਪਾਲੇ ਹੁਣ ਕੋਈ ਸਮਝਦਾ ਨਹੀਂ ਕੋਈ ਗੱਲ ਨਹੀਂ ਮਾਂ ਜੀ ਕੋਈ ਗੱਲ ਨਹੀਂ ਦੇਖੋ ਨਾ ਰੱਬ ਨੇ ਤੁਹਾਡੇ ਵਾਸਤੇ ਪੈਸੇ ਵੀ ਭੇਜੇ ਰੱਬ ਨੇ ਤੁਹਾਡੇ ਵਾਸਤੇ ਰਾਸ਼ਨ ਵੀ ਭੇਜਿਆ ਔਰ ਰੱਬ ਨੇ ਇਹ ਵੀ ਤੁਹਾਨੂੰ ਖੁਸ਼ਖਬਰੀ ਦੇ ਦਿੱਤੀ ਆ ਕਿ ਜਿੰਨਾ ਚਿਰ ਤੁਸੀਂ ਤੁਹਾਡੀ ਜ਼ਿੰਦਗੀ ਹੈ ਰਾਸ਼ਨ ਤੁਹਾਨੂੰ ਮਿਲਦਾ ਰਹੇਗਾ ਠੀਕ ਹੈ ਕੋਈ ਆਉਣਾ ਵੀ ਨਹੀਂ ਪਏਗਾ ਆਉਣਾ ਵੀ ਨਹੀਂ ਪਏਗਾ ਸਾਡੇ ਘਰ ਦੀ ਦਲੀਜ਼ ਦੇ ਵਿੱਚ ਖੁਦ ਪਹੁੰਚਾਇਆ ਜਾਏਗਾ ਰਾਸ਼ਨ ਹਾਂ ਬਿਲਕੁਲ ਹੁਣ ਨਹੀਂ ਅੱਜ ਤੁਸੀਂ ਆਏ ਹੋ ਮੁੜ ਕੇ ਨਹੀਂ ਆਉਣਾ ਪਏਗਾ ਠੀਕ ਹੈ ਮਾਂ ਜੀ ਅੱਲਾ ਤੰਦਰੁਸਤੀ ਦੇ ਚਲੋ ਜਿੰਨੇ ਵਾਸਤੇ ਰਹੋ ਬੱਚੇ ਰਹਿ ਲੈ ਕਰੋ ਚਾਰ ਨੇ ਇੱਕ ਛਦਾਈ ਹੋ ਕੇ ਬੁੱਢੀ ਆ ਬਾਹਰ ਨਿਕਲਿਆ ਉਹਨੇ ਮੈਨੂੰ ਮਾਰ ਸੁੱਟਿਆ ਉਹਦਾ ਪਤਾ ਨਹੀਂ ਲੱਗਦਾ ਕਿੱਥੇ ਬੁੱਢੀ ਵੀ ਛੱਡੀ ਫੇਰਦਾ ਚਲੋ ਕੋਈ ਗੱਲ ਨਹੀਂ ਅੱਲਾ ਉਹਨਾਂ ਵਾਸਤੇ ਦੁਆ ਕਰਿਆ ਕਰੋ ਤੇ ਸਾਡੇ ਵਾਸਤੇ ਦੁਆ ਕਰਿਓ ਸਭ ਵਾਸਤੇ ਦੁਆ ਕਰਿਆ ਕਰੋ ਤੁਹਾਡੀ ਦੁਆ ਜ਼ਰੂਰ ਆ ਬਹੁਤ ਸ਼ੁਕਰੀਆ ਮਾਂ ਜੀ ਹਾਂਜੀ ਬਹੁਤ ਸ਼ੁਕਰੀਆ ਅੱਛਾ ਤੰਦਰੁਸਤੀ ਦੇਵੇ ਅੱਲਾ ਤੁਹਾਨੂੰ ਬਹੁਤਾ ਦੇ ਅਸੀਂ ਆਪਣੇ ਰੱਬ ਦੇ ਬੜੇ ਸ਼ੁਕਰਗੁਜ਼ਾਰ ਹਾਂ ਕਿ ਮਾਂ ਜੀ ਦੀ ਖਿਦਮਤ ਕਰਨ ਦਾ ਸਾਨੂੰ ਅੱਲਾ ਪਾਕ ਨੇ ਮੌਕਾ ਦਿੱਤਾ ਹਾਂ ਮੇਰੇ ਕੋਲ ਨਮਾਜ਼ ਨਹੀਂ ਪੜੀ ਜਾਂਦੀ ਫਿਰ ਲੋਕ ਬੈਠੇ ਹਾਂ ਨਹੀਂ ਦੇਖ ਨਹੀਂ ਮੈਂ ਕਦੇ ਤੈਨੂੰ ਨਹੀਂ ਛੱਡੀ ਗਈ ਨਮਾਜ਼ ਨਹੀਂ ਛੱਡੀ ਕਰਾ ਸ਼ਰੀ ਨਹੀਂ ਛੱਡਿਆ ਹੁਣ ਮੈਂ ਰੋਣੀ ਅੱਲਾ ਸੋੜਿਆ ਮੈਨੂੰ ਪਿਛੋ ਕੋਈ ਨਹੀਂ ਤੁਸੀਂ ਤੁਸੀਂ ਨਾ ਜਦੋਂ ਬੈਂਦੇ ਜੇ ਨਾ ਉੱਠਦੇ ਆ ਬੈਠਦੇ ਆ ਅਸਤਗਫਾਰ ਪੜਿਆ ਕਰੋ ਅਸਤਗਫਰੁੱਲਾ 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 ਹੈ ਪੜਿਆ ਕਰੋ ਅੱਲਾ ਕਾ ਵਿਰਦ ਕਰਿਆ ਕਰੋ ਬੈਠਿਆਂ ਬਿਠਾਇਆ ਅੱਲਾ ਪਾਕ ਜਿਹੜਾ ਨਾ ਤੁਸੀਂ ਆਪਣੇ ਮੂੰਹ ਦੀ ਜ਼ਿਕਰ ਕਰੋਗੇ ਤੋ ਅੱਲਾ ਪਾਕ ਦੀ ਜ਼ਾਤ ਬਹੁਤ ਇਹ ਪੈਸੇ ਤੁਸੀਂ ਆਪਣੇ ਵਾਸਤੇ ਖਰਚ ਕਰਨੇ ਆ ਅੱਛਾ ਹਾਂ ਬਿਲਕੁਲ ਤੁਹਾਡੇ ਆ ਕਿਸੇ ਹੋਰ ਦੇ ਨਹੀਂ ਠੀਕ ਹੈ ਚਲੋ ਪਿਆਰ ਦਿਓ ਆਪਣੀ ਧੀ ਨੂੰ ਮਾਂ ਮੈਂ ਤਾਂ ਬਹੁਤ ਖੁਸ਼ ਨਸੀਬ ਹਾਂ ਕਿ ਮੈਨੂੰ ਬਜ਼ੁਰਗਾਂ ਦੀ ਖਿਦਮਤ ਕਰਨ ਦਾ ਮੌਕਾ ਮਿਲਦਾ ਪਿਆ ਜੀ ਦੇ ਵਾਸਤੇ